ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਹੁਕਮਨਾਮਾ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ, ਰਾਗ ਧਨਾਸਰੀ ਮਹੱਲਾ ਤੀਜਾ, ਘਰ ਚੌਥਾ, ਏਕੋ ਓਂਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦੇ ਮੰਗਤ ਜਨ ਕੋ, ਸਦਾ ਰਹੋ ਰੰਗਰਾਤਾ। ਹੋ ਬਲਿਹਾਰੇ ਜਾਓ ਸਾਚੇ, ਤੇਰੇ ਨਾਮ ਵਿਟਹਿ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਏ। ਰਹਾਓ ਬਹੁਤੇ ਫੇਰ ਪਏ, ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਹੋ ਦਿਆਲ ਦਰਸ਼ਨ ਦੇਹ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਣਿਆ। ਪਿਆਰੀ ਸਾਧ ਸੰਗਤ ਜੀ, ਇਸ ਹੁਕਮਨਾਮੇ ਦਾ ਅਰਥ ਇਸ ਤਰ੍ਹਾਂ ਹੈ। ਰਾਗ ਧਨਾਸਰੀ ਘਰ ਚੌਥਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ, ਅਸੀਂ ਜੀਵ ਤੇਰੇ ਦਰ 'ਤੇ ਮੰਗਦੇ ਹਾਂ। ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ। ਹੇ ਪ੍ਰਭੂ, ਮੇਰੇ ਉੱਤੇ ਦਇਆਵਾਨ ਹੈ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇ, ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾਂ। ਹੇ ਪ੍ਰਭੂ, ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈ, ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਕੋਈ ਹੋਰ ਤੇਰੇ ਵਰਗਾ ਨਹੀਂ। ਹੇ ਪ੍ਰਭੂ, ਮੈਨੂੰ ਮਾਇਆ ਵਿਹੜੇ ਨੂੰ ਹੁਣ ਤੱਕ ਮਾਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ। ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ, ਮੇਰੇ ਉੱਤੇ ਦਇਆਵਾਨ ਹੋ, ਮੇਰੇ ਉੱਤੇ ਇਹੋ ਜਿਹੀ ਬਖਸ਼ਿਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖਸ਼। ਹੇ ਭਾਈ, ਨਾਨਕ ਜੀ ਆਖਦੇ ਹਨ, ਗੁਰੂ ਜੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ੍ਹ ਜਾਂਦੇ ਹਨ, ਉਸ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ। ਗੁਰੂ ਨਾਲ ਉਸ ਦਾ ਮਨ ਪਤੀਤ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।